ਮਾੜਾ ਜਿਹਾ। ਉਹ ਕਹਿੰਦਾ ਨਾ ਬੰਬੀਹਾ ਬੋਲੇ ਤਾਂ ਰੌਲਾ ਚੱਲ ਰਿਹਾ, ਉਹਨੇ ਖਿੱਚ ਕੇ ਇੱਧਰ ਹੀ ਲਿਆਉਣਾ ਮੀਂਹ। ਹਾਂ ਸਹੀ ਹੈ ਨਹੀਂ, ਹੋਰ ਕੀ ਚੱਲੀ ਜਾਂਦਾ? ਬਸ ਬੈਠੇ ਸੀਗੇ, ਗੱਲਾਂ ਕਰੀ ਜਾਂਦੇ ਸੀ। ਮੈਂ ਕਿਹਾ ਚੱਲ ਭਰਾ ਸਾਡਾ ਲਾਈਵ ਆ, ਦੇਖੀਏ ਕੀ ਫਰਮਾਇਆ ਜਾ ਮਾਂ ਰਿਹਾ। ਠੀਕ ਆ? ਠੀਕ ਨੇ ਵੀਰੇ, ਆਏ ਸੀ ਘਰੇ ਲੈ ਕੇ ਆਇਆ ਸੀ। ਚਲੋ ਚਲੋ ਚਲੋ, ਵਧੀਆ ਵਧੀਆ। ਹੋਰ ਕੀ ਚੱਲੀ ਜਾਂਦਾ ਵੀਰ? ਬਸ ਕੁਛ ਨੀ, ਨਜ਼ਾਰੇ ਲੈ ਰਹੇ ਹਾਂ, ਬੰਬੀਹਾ ਬੋਲੇ ਦੇਖ ਰਹੇ ਹਾਂ, ਪਾਸੇ ਆਸੇ ਗਾਣਾ ਲਿਖਿਆ ਜਾ ਰਿਹਾ ਹੈ। ਦੋਹਾਂ ਭਰਾਵਾਂ ਨੂੰ ਵਧੀਆ ਪਿਆਰ ਸਤਿਕਾਰ ਮਿਲ ਰਿਹਾ ਹੈ, ਖੁਸ਼ੀ ਹੋ ਰਹੀ ਹੋਰ ਹੈ। ਮੈਂ ਨਾ ਆਹੀ ਗੱਲ ਕਰੀ ਜਾਂਦਾ ਸੀ, ਮਹਾਂ ਬਾਈ ਮਾਂ ਮੈਨੂੰ ਇੰਨੇ ਕੇਕ ਆਏ, ਮੈਂ ਕਿਹਾ ਮੈਨੂੰ ਕਿਤੇ ਜਵਾ ਕੇ ਕੇਕ ਵਾਲਾ ਬਾਬਾ ਨਾ ਕਹਿਣ ਲੱਗ ਜਾਣਾ ਇੱਥੇ ਵੀ ਮੂਸੇ ਆਓ ਭਾਈ, ਮੂਸੇ ਕੇਕ ਚੜ੍ਹਦੇ ਆ। ਨਹੀਂ, ਸਹੀ ਗੱਲ ਸਹੀ ਆ। ਵੈਸੇ ਜਿੰਨੇ ਕੇਕ ਕੱਟਤੇ ਹੋਣੇ, ਮੈਨੂੰ ਲੱਗਦਾ ਕੱਟਦਾ ਹੁਣ 100 ਕੇਕ। ਵਾਧੂ ਬਾਈ, 100 ਤਾਂ ਥੋੜੇ ਆ। ਨਹੀਂ, ਵਧੀਆ ਵਧੀਆ। ਦੋ 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 ਪਾਰਟੀਆਂ ਪੈਂਡਿੰਗ ਆ ਹੁਣ, ਕਿਹੜੀਆਂ ਕਰਾਂਗੇ? ਕੁਛ ਇੱਕ ਇੱਕ ਕੋਈ ਨਹੀਂ, ਕੋਈ ਮੇਰੇ ਨਹੀਂ, ਜਨਮ ਦੇ ਨਾਲ ਹੀ, ਮੇਰੇ ਜਨਮ ਦੇ ਨਾਲ ਹੀ, ਮੇਰੇ ਜਨਮ ਦੇ ਨਾਲ ਹੀ, ਬੰਬੀਹਾ ਬੋਲੇ ਵਾਲੀ, 3-4 ਹੋ ਗਏ। ਹਾਂ ਪੱਟ ਦਾਂਗੇ। ਬਹੁਤ ਮੈਂ ਸਾਰਿਆਂ ਨੂੰ ਭਰਾਵਾਂ ਨੂੰ ਇਹੀ ਕਹਿ ਰਿਹਾ ਸੀ, ਕਹਿੰਦੇ ਬਹੁਤ ਬਹੁਤ ਵਧੀਆ ਪਿਆਰ ਦਾ ਰਿਸਪੌਂਸ ਦਿੱਤਾ ਹਰੇਕ ਚੀਜ਼ ਨੂੰ। ਥੋੜ੍ਹੀ ਜਿਹੀ ਹੈਲਥ ਜੀ ਢਿੱਲੀ ਹੋ ਗਈ ਸੀਗੀ, ਤੇ ਮੈਂ ਤੜਕੇ ਵਾਪਸ ਬੋਲ ਜਾ ਵੀ ਨਹੀਂ, ਮੈਂ ਜਦੋਂ ਖੇਤ ਆ ਜਾਣਾ ਫਿਰ ਮੈਂ ਥੋੜ੍ਹਾ ਟਾਈਮ ਤਾਂ ਬਾਇਆ ਹੋਇਆ, ਫਿਰ ਮਾੜਾ ਜਿਹਾ ਖੇਤਾਂ ਜਿਵੇਂ ਠੀਕ ਨਹੀਂ ਹੈਗਾ ਸਿਸਟਮ, ਤੇ ਜੀ ਲਵਾ ਦਈਏ ਹੈ, ਜੀ ਲਵਾ ਦਈਏ ਆ ਕੇ ਆ ਜਾਓ। ਹੈ ਔਰ ਬਾਈ ਜੀ 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 ਐ ਤਾਂ ਲੱਗ ਜਾਂਦਾ ਇੱਕ ਤਰੀਕੇ ਨਾਲ, ਘਰੇ ਬੈਠੇ ਬੰਦਾ ਬੋਰ ਜਾ ਹੋ ਜਾਂਦਾ, ਇੱਕ ਆਪਾਂ ਤਾਂ ਟਿੱਕੇ ਨਹੀਂ ਕਰੇ, ਥੋੜਾ ਜਿਹਾ ਬੈਠਣਾ ਥੋੜਾ ਜਿਹਾ ਔਖਾ ਹੋ ਜਾਂਦਾ। ਮਾਤਾ ਕਰਕੇ ਠੀਕ ਨੇ ਘਰੇ ਸਾਰੇ? ਮਾਤਾ ਹਾਂ ਪੂਰੇ ਵਧੀਆ, ਮੈਨੂੰ ਮਾਤਾ ਨੀ ਕਿਹਾ, ਮਾਤਾ ਕਹਿੰਦੀ ਤੂੰ ਜਾਇਆ ਮਾੜਾ ਖੇਤ ਖੂਤ ਜਾਇਆ ਵੀ ਚੱਲ ਥੋੜਾ ਜਿਹਾ ਨਾ ਗੁੱਡ ਫੀਲ ਹੁੰਦਾ, ਭਾਗ ਇੱਧਰ ਬੋਣਾ ਸੀਗਾ ਅੱਜ, ਚੱਲ ਆਪਾਂ ਬਈ ਰਹਿ ਗਿਆ ਸੀਗਾ ਪੱਲੇ ਇੱਧਰ ਝੋਨਾ। ਸਿੱਧੂ ਦਾ ਖੜਾ ਤਾਂ ਛੱਡਣਾ, ਦੁਨੀਆਂ ਖੜੇ ਨੀ ਛੱਡਾ ਸੀ, ਉਹ ਤਾਂ ਅਸੀਂ ਹੱਸੀ ਮੈਂ ਹੁਣ ਉਹੀ ਗੱਲਾਂ ਕਰਦਾ ਸੀ, ਮੈਂ ਤੁਸੀਂ ਸਾਗਨ ਪਾਇਆ ਕਰੋ ਜਿਹੜੇ ਆਹ ਮਾੜਾ ਮੋਟਾ ਸਿਸਟਮ ਲਾਉਂਦੇ ਨੇ ਨਾ, ਜਿਹੜਾ ਖਬਰਾਂ ਖੁਬਰਾਂ ਜੀ ਵਾਲੇ, ਮੈਂ ਜੋ ਕੱਲ ਕੱਢੀ ਖਬਰ, ਹੁਣ ਕੱਲ ਮੈਨੂੰ ਸਿਹਤ ਵੀ ਠੀਕ ਨਹੀਂ ਸੀਗੀ ਬਾਈ, ਹਾਂ ਤੇ ਸਿੱਧੂ ਨੇ ਦਿਖਾਇਆ ਠੇਂਗਾ ਵੀ ਸਾਲੇ, ਉਹ ਤੁਸੀਂ ਠੇਂਗਾ ਲੈ ਕੇ ਗਏ ਸੀ, ਮੈਨੂੰ ਦੇਖ ਕੇ ਗਈ ਠੇਂਗਾ, ਉਹੀ ਟੋਪਣੀ ਉਹੀ ਗੱਲ ਜੀ, ਜਿਹੜੀਆਂ ਦੁੱਕੀ ਗੱਲਾਂ ਨੀ ਹੁੰਦੀਆਂ ਜਮੀ। ਮੈਂ ਯਾਰ ਤੁਹਾਡਾ ਮੈਂ ਮੁੱਖ ਮੰਤਰੀ ਹੋਵਾਂ ਪਹਿਲਾਂ, ਮੈਂ ਕਿਹਾ ਛੋਟੇ ਛੋਟੇ ਚੈਨਲਾਂ ਦੀ ਰੇਟ ਬਣਾਵਾਂ ਮੈਂ, ਜਿੰਨੇ ਆ ਹੁਣ ਥੱਲੇ ਮੈਸੇਜ ਆ ਰਹੇ ਆ, ਇਹਨਾਂ ਦੇ ਹੁਸਲੇ ਨਾਲ ਤੁਰੇ ਫਿਰਦੇ ਆ। ਹੋਰ ਬਾਈ ਹੋਰ ਵੀ ਯਾਰ, ਕੋਈ ਚਾਹੁਣ ਵਾਲੇ ਸਾਨੂੰ ਚਾਹੁੰਦੇ ਨੇ, ਠੀਕ ਹੈ ਨਾ, ਸੁਣਨ ਵਾਲੇ ਸਾਨੂੰ ਸੁਣਦੇ ਨੇ, ਤੁਹਾਨੂੰ ਕੀ ਦਿੱਕਤ ਹੈ ਇਸ ਚੀਜ਼ ਤੋਂ? ਹਾਂ ਇਹ ਤਾਂ ਸਮਝ ਨਹੀਂ ਆਉਂਦੀ, ਉਹੀ ਤਾਂ ਗੱਲ ਹੈ ਯਾਰ ਵੀ, ਚੰਗਾ ਯਾਰ ਪਿਆਰ ਮੁਹੱਬਤ ਦਾ ਮੈਸੇਜ ਹੋ ਸਾਰਿਆਂ ਦੇ ਵਿੱਚ, ਹਨਾ ਜੇ ਕੋਈ ਚੀਜ਼ ਚੰਗੀ ਲੱਗਦੀ ਉਹਨੂੰ ਐਪਰੀਸ਼ੀਏਟ ਕਰੋ, ਜੇ ਨਹੀਂ ਚੰਗੀ ਲੱਗਦੀ ਤਾਂ ਮੂਵ ਆਊਟ ਹੋ ਜਾਓ, ਦੈਟਸ ਇਟ, ਜ਼ਿੰਦਗੀ ਦਾ ਹੀ ਉਹ ਤੇ ਤੁਮ, ਜੇ ਤੁਹਾਨੂੰ ਕੋਈ ਨਹੀਂ ਚੰਗਾ ਲੱਗਦਾ ਤੁਸੀਂ ਉਹਨੂੰ ਨਾ ਸੁਣੋ, ਹਾਂ ਲਿਵ ਐਂਡ ਲੈਟ ਲਿਵ, ਚੱਲੀ ਚਲੋ ਦੈਟਸ ਇਟ, ਵੱਡੀ ਡਿਬੇਟ ਹੀ ਨਹੀਂ ਹੋਣੀ ਚਾਹੀਦੀ। ਹਾਂ ਉਹੀ ਗੱਲ ਹੈ, ਡਿਬੇਟ ਚ ਵੀ ਨੀ ਮੈਂ ਡਿਬੇਟ ਚ ਭੱਜ ਲੈਂਦੇ ਨੇ ਪੂਰੇ, ਜੋ ਡਿਬੇਟ ਕਰਦੇ ਹੈਲੋ ਗੱਲ ਡਿਬੇਟ ਵਾਲੀ, ਉਹ ਤਾਂ ਡਿਬੇਟ ਕਰਨ ਜਦੋਂ ਸਾਰਾ ਲੋਕ ਬੈਠੀ ਆਵਾ ਤਾਂ ਕਿਤਾ ਯਾਰ, ਸਾਰੇ ਘਰ ਚੋਂ ਵਾਲੇ ਇੱਕ ਜਵਾਬ ਦੇ ਦਿੰਦੇ ਨੇ, ਇਹ ਹੀ ਬੜੇ ਨੇ ਮਗਰ ਮੋਟਾ ਬਣੀ, ਕੋਈ ਮਾੜਾ ਮੋਟਾ ਇਹਨਾਂ ਨੇ ਦੇਖ ਲੈਣਾ ਮਾਂ ਵੀ ਬੰਦਾ ਹਨਾ, ਦੇਣਾ ਨਹੀਂ ਦੇ ਸਕਦੇ ਯਾਰ, ਆਪਾਂ ਉਹੀ ਕਹਿ ਰਹੇ ਸੀ ਮਾਂ ਭਰਾ ਵੀ, ਮਾਂ ਕੇਕ ਵਾਲਾ ਬਾਬਾ ਵਜਣ ਲੱਗਦਾ ਪਿੰਡ, ਮੈਨੂੰ ਇਹ ਇੰਨੇ ਕੇਕ ਆਏ ਮਾਂ ਯਾਰ ਵੀ
ਇਹਦੇ ਕੋਲ ਇੰਨਾ ਟਾਈਮ ਆ, ਪਹਿਲਾਂ ਤਾਂ ਉਹ 1200 ਦਾ ਕੇਕ ਦੇਵੇ, ਫਿਰ ਉਹ ਘੱਟੋ ਘੱਟ ਮੈਂ 100 ਕਿਲੋਮੀਟਰ ਤਾਂ ਚੱਲ ਕੇ ਆਵੇ, ਫਿਰ ਟਾਈਮ ਕੱਢੇ ਹੈ ਨਾ ਬਿਲਕੁਲ ਵੀ ਬਾਲੀ ਯਾਰ ਬਿਲਕੁਲ ਬਾਲੀ ਬਿਲਕੁਲ ਅਰੇ ਤਾਂ ਹੁਣ ਇਹ ਤੋਂ ਹਣਾ ਬਿੱਲ ਬੁੜਾ ਤੇ ਹੋਣਾ ਸਭ ਤੋਂ ਵੱਡੀ ਇਹ ਤਾਂ ਛੁੱਟੀਆਂ ਗੱਲਾਂ ਨੇ ਵੀ, ਪਰ ਆਹ ਪਿਆਰ ਕਿਸੇ ਕਿਸੇ ਦੇ ਹਿੱਸੇ ਚ ਹੁੰਦਾ ਵੀਰੇ ਯਾਰ, ਉਹੀ ਤਾਂ ਗੱਲ ਆ, ਇਹ ਇੱਕ ਚੀਜ਼ਾਂ ਉਹ ਬੋਲਦੇ ਆ ਕੋਈ ਆਪਾਂ ਨੂੰ ਕਹਿ ਕੇ ਦੱਸਣ ਦੀ ਲੋੜ ਨਹੀਂ ਪੈਂਦੀ, ਇਹ ਸਾਰੇ ਵੀਰ ਭਰਾ ਸਾਰੇ ਆਪ ਬੋਲਦੇ ਨੇ, ਆਪ ਪਿਆਰ ਦਿੰਦੇ ਨੇ, ਆਪ ਕਹਿੰਦੇ ਨੇ ਹਨਾ, ਇਹਨਾਂ ਦੇ ਪਿਆਰ ਤੋਂ ਉੱਤੇ ਕੋਈ ਚੀਜ਼ ਨਹੀਂ, ਬਾਕੀ ਜੋ ਮਰਜ਼ੀ ਕੋਈ ਕਹੀ ਜਾਵੇ, ਨਾ ਤਾਂ ਕੋਈ ਆਪਾਂ ਨੂੰ ਸਪਸ਼ਟੀਕਰਨ ਦੇਣ ਦੀ ਲੋੜ ਹੈ, ਸਪਸ਼ਟੀਕਰਨ ਦੇਣ ਵਾਲੇ ਪਿਆਰ ਕਰਨ ਵਾਲੇ ਮਗਰ ਖੜੇ ਨੇ ਮੋਢਾ ਬਣ ਕੇ ਜਦੋਂ ਕੋਈ ਵਾਹਿਗੁਰੂ ਦੀ ਕਿਰਪਾ ਹੈ ਕਿ ਸਾਰੇ ਵੀਰ ਭਰਾ ਜਿਵੇਂ ਹੁਣ ਦੱਸਿਆ ਕਿ ਯਾਰ ਕੇਕ ਲੈ ਕੇ ਆਏ, ਵੀ ਦੂਰੋਂ ਆਏ, ਪਾਸੇ ਪਾਸੇ ਪਿੰਡਾਂ ਤੋਂ ਆਏ, ਇੱਕ ਬੰਦਾ ਬਈ ਪੁੱਤ ਬਣਾ ਕੇ ਲੈ ਕੇ ਆਇਆ ਫਾਈਬਰ ਦਾ, ਉਹ ਸਟੈਚੂ ਹੈ ਨਾ, ਸਟੈਚੂ ਨਹੀਂ ਹੁੰਦਾ ਬਈ, ਹਾਂ ਛੋਟਾ ਜਿਹਾ ਦੇਖਿਆ, ਮਾਣ ਵਾਲੀ ਗੱਲ ਹੈ, ਹਾਂ ਬਈ ਕੀ ਬਾਤ, ਕੋਈ ਪੱਗ ਲੈ ਕੇ ਆਇਆ, ਕੋਈ ਮਾਤਾ ਦੇ ਕੱਪੜੇ ਲੈ ਕੇ ਆਇਆ, ਸੂਟ ਲੈ ਕੇ ਆਇਆ, ਵੀਰ ਕੌਣ ਕਿਸੇ ਖਾਤਰ ਇੰਨਾ ਕਰਦਾ, ਕਿਹਦੇ ਕੋਲ ਇੰਨਾ ਟਾਈਮ ਆ, ਨਹੀਂ ਤਾਂ ਹਨਾ, ਨਹੀਂ ਟੈਮ, ਨਹੀਂ ਟੈਮ, ਬਿਲਕੁਲ ਬਿਲਕੁਲ, ਇਹ ਤਾਂ ਜੇ ਕਿਸੇ ਦੇ ਹਿੱਸੇ ਕੋਈ ਚੀਜ਼ ਆਈ ਹੈ, ਦੇਖੋ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਜਦੋਂ ਕੋਈ ਆਰਟਿਸਟ ਨੂੰ ਪਿਆਰ ਮਿਲਦਾ ਹੈ, ਆਰਟਿਸਟ ਕਦੇ ਵੀ ਲੋਕਾਂ ਦੇ ਘਰੋਂ ਘਰੀ ਜਾ ਕੇ ਧੱਕੇ ਨਾਲ ਪਿਆਰ ਨਹੀਂ ਕਰ ਸਕਦਾ, ਇਹ ਪਿਆਰ ਏਦਾਂ ਦੀ ਚੀਜ਼ ਹੈ ਕਿ ਲੋਕਾਂ ਦੇ ਖੁਦ ਦੇ ਦਿਲਾਂ ਦੇ ਹੋਣਾ ਚਾਹੀਦਾ, ਜੇ ਖੁਦ ਪਿਆਰ ਦਿੰਦੇ ਨੇ ਤਾਂ ਆਰਟਿਸਟ ਦਾ ਨਾਮ ਹੈ, ਸਹੀ ਹੈ ਬਾਈ, ਬਾਕੀ ਆਪਾਂ ਤਾਂ ਹਲੇ ਆਪਾਂ ਨੂੰ ਤਾਂ ਸਿੱਧੂ ਹਲੇ ਕਹਿੰਦੇ ਹੁੰਦੇ ਮਾਨਸੇ ਬਠਿੰਡੇ ਨੂੰ ਨਹੀਂ, ਹਲੇ ਆਰਟਿਸਟ ਗਿਰੀ ਆਉਂਦੀ ਜੀ, ਆਪਾਂ ਤਾਂ ਹਲੇ ਆਪਾਂ ਉਧਰ ਗੱਲ ਕਰ, ਤੁਸੀਂ ਚਾਹ ਕੇ ਚਾਹ ਦੀ ਬਿਸਕੁਟ ਵਾਲੀ ਗੱਲ ਆ, ਸਹੀ ਹੈ, ਮੈਨੂੰ ਫਾਇਦਾ ਹੁੰਦਾ ਗੱਲ ਇਹ ਕਰਦਾ, ਜਦੋਂ ਮੈਂ ਚੰਡੀਗੜ੍ਹ ਤੁਹਾਡੇ ਕੋਲ ਗੱਲ ਕੀਤੀ, ਬਸ ਮੈਂ ਤੇ ਉਹਦਾਂ ਮੰਡ ਕੋਈ ਬੈਠੇ ਸੀ, ਦੋਨੇ ਆਪ ਸ਼ੇਅਰ ਕਰਦੇ ਸੀ, ਕਹਿੰਦੇ ਵੀ ਕੋਈ ਬੰਦਾ ਸੀ, ਕਹਿੰਦੇ ਉਹਨੇ ਚਾਹ ਦੇ ਵਿੱਚ ਬਿਸਕੁਟ ਭਿਉਂਆ, ਅਸੀਂ ਕਹਿੰਦਾ ਬਾਈ ਬਠਿੰਡੇ ਤੋਂ ਆ, ਬਿਲਕੁਲ ਯਾਰ ਬਿਲਕੁਲ ਬਿਲਕੁਲ, ਜਦੋਂ ਇੱਥੇ ਚੰਡੀਗੜ੍ਹ ਆਏ ਸੀ ਕੋਈ ਨਹੀਂ ਸੀ ਜਾਣਦਾ ਪਛਾਣਦਾ ਬਾਈ, ਨਾ ਕੋਈ ਨਾ ਕੋਈ ਕੰਪਨੀ ਵਾਲਾ ਕੋਈ ਉਹ ਕਰਦਾ ਸੀ ਨਾ ਕੁਛ ਹੋਰ, ਜਿਹੜਾ ਗੁਰੂ ਮਹਾਰਾਜ ਹੀ ਹੈ ਜਿਹਦਾ ਜਿਹਦੀ ਮਤਲਬ ਵਾਹਿਗੁਰੂ ਦੱਸਦਾ ਹੈ, ਜਿਹਦਾ ਵਾਹਿਗੁਰੂ ਹੈ ਬਾਈ ਹਨਾ, ਜਿਹਦਾ ਕੋਈ ਨਹੀਂ ਹੁੰਦਾ ਉਹਦਾ ਵਾਹਿਗੁਰੂ ਹੁੰਦਾ, ਕਰਦਾ ਵਾਹਿਗੁਰੂ ਹੁੰਦਾ ਬਾਈ, ਮੈਂ ਤੈਨੂੰ ਇਹੀ ਗੱਲ ਕਹੀ ਸੀ, ਮਹਾਂ ਬਾਈ ਅੱਜ ਅਸੀਂ ਉਹ ਕੇਸ ਦੇ ਵਿੱਚ ਮੈਂ ਸਾਰੀਆਂ ਗੱਲਾਂ ਸ਼ੇਅਰ ਕਰ ਰਿਹਾ ਸੀ, ਮਹਾਂ ਬਾਈ ਵੀ ਇਹਨਾਂ ਅਦਾਲਤਾਂ ਦੇ ਵਿੱਚ ਤੁਸੀਂ ਸਾਨੂੰ ਜਿੰਨੀਆਂ ਅਦਾਲਤਾਂ 'ਚ ਲਿਜਾਣ ਨੂੰ ਫਿਰਦੇ ਹੋ ਨਾ, ਮੈਂ ਕਿਹਾ ਵੀ ਸਭ ਤੋਂ ਵੱਡੀ ਅਦਾਲਤ ਉਹ ਹੈ ਜੇ ਅਸੀਂ ਕਿਤੇ ਗਲਤੀ ਹੋਏ ਨਾ ਤੇ ਉਹਨੇ ਇਹੋ ਜਿਹਾ ਫੈਸਲਾ ਦੇਣਾ ਵੀ ਜਿਹੜੀ ਸਜ਼ਾ ਦੀ ਭਰਪਾਈ ਸਾਡੇ ਤੋਂ ਪੂਰੀ ਨਹੀਂ ਹੋਣੀ, ਠੀਕ ਹੈ ਨਾ, ਬਿਲਕੁਲ ਠੀਕ ਹੈ, ਤੇ ਜਿਹੜੀਆਂ ਜਿਹੜੀਆਂ ਅਦਾਲਤਾਂ 'ਚ ਤੁਸੀਂ ਧੱਕੇ ਨਾਲ ਸਜ਼ਾ ਕਰਾਉਣ ਨੂੰ ਫਿਰਦੇ ਹੋ, ਉਹ ਅਦਾਲਤ ਦੇ ਵਿੱਚ ਜੇ ਉਹਨੇ ਖੜਾ ਤਾਂ ਉਹਨੇ ਪੱਕਾ ਵੀ ਨਹੀਂ ਹਿੱਲਣ ਦੇਣਾ, ਨਹੀਂ ਹਿੱਲਣ ਦੇਣਾ, ਠੀਕ ਹੈ ਨਾ, ਵੀ ਜਿੰਨਾ ਮਰਜ਼ੀ ਨੈਗੇਟਿਵ ਝੂਠਾ ਕਿਸੇ ਬਾਰੇ ਗਲਤ ਬੋਲੀ, ਗਲਤ ਪ੍ਰਚਾਰ ਕਰੀ ਚੱਲੋ, ਜਿੰਨਾ ਮਰਜ਼ੀ ਚਾਹੇ ਪੁੱਠੇ ਹੋ ਜਾਓ, ਜਦੋਂ ਉਹ ਨਾਲ ਉਹ ਨਾਲ ਹੀ ਹੈ, ਬਿਲਕੁਲ ਬਿਲਕੁਲ, ਕਿਸੇ ਦੇ ਕਿਰਨ ਨਾਲ ਜੇ ਕੁਛ ਹੁੰਦਾ ਹੁੰਦਾ ਤਾਂ ਲੋਕ ਨਾ ਰੱਬ ਵਾਲੀ ਕੁਰਸੀ ਤੇ ਬਹਿ ਜਾਂਦੇ, ਕਸਰ ਤਾਂ ਕਿਸੇ ਨੇ ਛੱਡੀ ਨਹੀਂ ਸੀ, ਕਸਰ ਤਾਂ ਲੋਕ ਛੱਡਦੇ ਨਹੀਂ, ਉਹੀ ਗੱਲ ਕਹਿੰਦੇ ਵੀ ਬੇਬੀ ਬਾਈ ਦਾ ਸ਼ੇਰ ਆ ਵੀ ਤੂੰ ਉਹਦੇ ਕਰਕੇ ਬਚਿਆ ਨਹੀਂ, ਵੇਚ ਕੇ ਜਾਂਦੇ ਘਰ ਪਾ, ਹਾਂ ਉਹਦਾ ਗੱਲ ਆ ਬਾਈ ਵੀ ਗੱਲ, ਉਹ ਅਗਰ ਇਹਨਾਂ ਨੇ ਕਸਰ ਛੱਡੀ ਹੈ ਕਿਆ ਉਹ ਸਾਰਾ ਕੁਝ, ਪਰ ਆਪਣੀਆਂ ਆਪਣੀਆਂ ਸਿੱਧੂ ਵੋਟਾਂ ਆਪਣਾ ਪਿਆਰ ਆ, ਥੱਲੇ ਜਿਹੜੇ ਮੈਸੇਜ ਆ ਰਹੇ ਆ, ਜਿਹੜੇ ਥੱਲੇ ਕਮੈਂਟ ਆ ਰਹੇ ਆ, ਇਹੀ ਇਹੀ ਆਪਣੀ ਕਮਾਈ ਹੈ ਯਾਰ, ਸਹੀ ਹੈ ਬਾਈ, ਇਹੀ ਖੜੇ ਦੇ ਨਾਲ, ਇਹੀ ਮੈਨੂੰ ਕਿਹਾ ਮੈਂ ਨਹੀਂ ਦੇ ਸਕਦੇ, ਦੋ ਦੋ ਸਾਲਾਂ ਤੋਂ ਲੈ ਕੇ 8 ਸਾਲਾਂ ਦੇ ਜਵਾਕ ਦੇ ਦਿਲਾਂ 'ਚ, ਠੀਕ ਹੈ ਨਾ, 13 ਤੋਂ ਲੈ ਕੇ 23 ਸਾਲਾਂ ਦੇ ਦਿਲਾਂ 'ਚ, ਗਾਂ 23 ਤੋਂ ਲੈ ਕੇ 30 ਸਾਲਾਂ, ਕਿਵੇਂ ਕੱਢੋਗੇ, ਹਰੇਕ ਜਨਰੇਸ਼ਨ ਹਰੇਕ ਜਨਰੇਸ਼ਨ 'ਚ ਹਿੱਸਾ, ਠੀਕ ਹੈ ਨਾ, ਵੀ ਯਾਰ ਕਿਹੜੇ ਕਿਹੜੀਆਂ ਗੱਲਾਂ ਤੁਸੀਂ ਕਰਦੇ ਹੋ, ਤੁਹਾਡੀਆਂ ਗੱਲਾਂ ਨਾਲ ਕਿਤੇ ਹਾਂ, ਹਰੇਕ 'ਚ ਹਰੇਕ 'ਚ ਹਰੇਕ ਹਰੇਕ 'ਚ ਯਾਰ, ਬਿਲਕੁਲ ਉਹੀ ਤਾਂ ਗੱਲ ਹੈ ਬਾਈ ਵੀ, ਵੀ ਹਟ ਜਾਓ ਫਿਰ ਨਹੀਂ ਕਰਵਾ ਕੇ ਖੜੋਗੇ, ਜਿਵੇਂ ਲੋਕ ਲੋਕ ਖੜੇ ਨੇ, ਨਹੀਂ ਇਹ ਤਾਂ ਜੇ ਉਹ ਤਾਂ ਬਾਕੀ ਕੱਲ ਆਨਸਰ ਦੇ ਹੀ ਦਿੱਤਾ, ਕੱਲ ਜਵਾਬ ਦੇ ਤਾ ਲੋਕਾਂ ਦਾ,
ਮਾਲਕ ਦੀ ਮਿਹਰ ਹੈ, ਮਾਲਕ ਐ ਬਣਾਈ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਵੀ ਤੁਸੀਂ ਆਹ ਚੀਜ਼ਾਂ ਕਰਨ ਨਾਲ ਕੁਛ ਨੀ ਹੁੰਦਾ ਬਾਈ। ਬਿਲਕੁਲ ਬਿਲਕੁਲ। ਤੇ ਬਾਕੀ ਮੇਰੇ ਵੱਲੋਂ ਬਾਈ ਅਮਰਦਵੀਰ ਸਭ ਤੋਂ ਵੱਡੀ ਅਦਾਲਤ ਤਾਂ ਵਾਹਿਗੁਰੂ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਤਰੱਕੀਆਂ ਕਰੋ ਤੁਸੀਂ ਸਾਰੇ ਬਾਈ ਜਿੰਨਾਂ ਨੇ। ਲਵ ਯੂ ਹੈ ਜੀ, ਲਵ ਯੂ ਬਹੁਤ ਬਹੁਤ ਪਿਆਰ ਸਿੱਧੂ, ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਮੇਰੇ ਭਰਾ। ਬਾਕੀ ਵੀਰੇ ਸਾਰੇ ਧਿਆਨ ਰੱਖਿਓ ਜੀ ਆਪਣਾ, ਤੁਹਾਡੇ ਤੋਂ ਵਿਦਾਈ ਲੈਂਦੇ ਹਾਂ ਹੁਣ ਲਾਈਵ ਚੋਂ। ਠੀਕ ਅਮਰਦਵੀਰ, ਥੈਂਕ ਯੂ ਤੁਹਾਡਾ।